ਅੰਮ੍ਰਿਤਸਰ ਦੇ ਇਲਾਕਾ ਛੇਹਰਟਾ ਦੇ ਵਿਚ ਪਿਛਲੇ ਦਿਨਾਂ ਦੇ ਵਿਚ ਹੋਈ ਇਕ ਗੱਡੀ ਦੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਅਤੇ ਪੁਲਿਸ ਨੇ ਫਿਲਹਾਲ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਰਾਜਵੀਰ ਸਿੰਘ ਤਰਨ ਤਾਰਨ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਹਰਵਿੰਦਰ ਸਿੰਘ ਅਤੇ ਸਤਨਾਮ ਸਿੰਘ ਜੋ ਕਿ ਇਸ ਵਾਰਦਾਤ ਦੇ ਸਹਿਯੋਗੀ ਸਨ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਨੇ। ਮੁਕੱਦਮਾ ਨੰਬਰ ਥਾਣੇ ਛੇਹਰਟੇ ਦੇ ਵਿੱਚ 238 ਨੰਬਰ ਦਰਜ ਹੋਇਆ ਸੀਗਾ 8/11/2018 ਨੂੰ, ਜਿਸ ਦੇ ਵਿੱਚ ਇੱਕ ਕਾਰ ਜਿਹੜੀ ਆ ਉਹ ਖੋ ਕੇ ਲੈ ਗਏ ਸੀਗੇ ਅਤੇ ਜਿਹੜਾ ਇੰਜਰਡ ਉਹਨੂੰ ਉਹਦੇ ਪੱਟ 'ਚ ਗੋਲੀ ਮਾਰ ਕੇ ਜਿਹੜੀ ਕਾਰ ਖੋ ਕੇ ਲੈ ਗਏ ਸੀਗੇ। ਉਸ ਦੇ ਵਿੱਚ ਥਾਣਾ ਛੇਹਰਟਾ ਇੰਸਪੈਕਟਰ ਅਸੀਸ਼ ਬੈਲ ਅਤੇ ਉਹਨਾਂ ਦੀ ਟੀਮ ਵੱਲੋਂ ਸ਼ਲਾਘਾ ਜੋ ਕੰਮ ਕਰਦੇ ਆ, ਉਹਦੇ ਵਿੱਚ ਇੱਕ ਰਾਜਵੀਰ ਸਿੰਘ ਉਰਫ ਟੋਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡਰ ਕਲੋਨੀ ਤਰਨ ਤਾਰਨ ਰੋਡ ਨੂੰ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਵਿੱਚ ਜਿਹੜਾ ਉਹਦੇ ਵੱਲੋਂ ਜਿਹੜਾ ਮਜਰੂਬ ਦਾ ਖੋਇਆ ਹੋਇਆ ਫੋਨ ਜਿਹੜਾ ਉਸ ਪਾਸੋਂ ਬਰਾਮਦ ਕੀਤਾ ਗਿਆ। ਇਸ ਦੀ ਮਜੀਦ ਪੁੱਛਗਿੱਛ ਦੇ ਵਿੱਚ ਆਇਆ ਵੀ ਇਹ ਜਿਹੜਾ ਕਾਰਾ ਇਹਨਾਂ ਤਿੰਨ ਜਾਣਿਆਂ ਨੇ, ਇਹਨੇ ਰਾਜਵੀਰ ਸਿੰਘ ਨੇ, ਹਰਵਿੰਦਰ ਸਿੰਘ ਉਰਫ ਹਰਵਿੰਦਰ ਵਾਸੀ ਪੰਡੋਰੀ ਵੜੈਚ ਅਤੇ ਸਤਨਾਮ ਸਿੰਘ ਉਰਫ ਸੱਤਾ ਵਾਸੀ ਖੋਦੇ ਵਾਂਗਰ ਨੇ, ਇਹਨਾਂ ਨੇ ਤਿੰਨਾਂ ਨੇ ਰਲ ਕੇ ਇਸ ਕਾਰੇ ਨੂੰ ਅੰਜਾਮ ਦਿੱਤਾ, ਜਿਸ ਦੀ ਇਹਦੇ ਇਹਨੂੰ ਅਰੈਸਟ ਪਾ ਕੇ ਇਹਦੀ ਜਿਹੜੀ ਪੇਸ਼ ਅਦਾਲਤ ਕਰਕੇ ਇਹਦੀ ਜਿਹੜਾ ਰਿਮਾਂਡ ਲਿਆ ਜਾਏਗਾ, ਇਸ ਤੋਂ ਪੁੱਛਗਿੱਛ ਕਰਕੇ ਜਿਹੜਾ ਅਗਲੇ ਦੋਸ਼ੀਆਂ ਤੱਕ ਜਿਹੜਾ ਪਹੁੰਚਿਆ ਜਾਏਗਾ। ਇਹਦੀ ਪੁੱਛਗਿੱਛ ਦੇ ਵਿੱਚ ਅਜੇ ਵਾਰਦਾਤ ਇਹਨੇ ਸਾਰੀ ਕਲੀਅਰ ਕੀਤੀ ਹੈ, ਜਿਸ ਦੇ ਵਿੱਚ ਇਹਨਾਂ ਤਿੰਨਾਂ ਵੱਲੋਂ ਤਿੰਨੇ ਜਾਣੇ ਮੋਟਰਸਾਈਕਲ ਦੇ ਉੱਤੇ ਆਏ ਨੇ। ਇਹਨਾਂ ਪਹਿਲਾਂ ਕਾਰ ਜਿਹੜੀ ਆ ਓਲੈਕਸ ਦੇ ਉੱਤੇ ਉਸ ਬੰਦੇ ਨੇ ਕਾਰ ਪਾਈ ਸੀਗੀ ਵੀ ਮੈਂ ਆਪਣੀ ਕਾਰ ਵੇਚਣੀ ਆ, ਇਹਨਾਂ ਨੇ ਉਹਦੇ ਨਾਲ ਕੰਟੈਕਟ ਸਥਾਪਿਤ ਕੀਤਾ। ਕੰਟੈਕਟ ਸਥਾਪਿਤ ਕਰਕੇ ਇਹਨਾਂ ਸਮਾਂ ਮਿਲਿਆ ਆਪਣਾ ਵੀ ਅਸੀਂ ਇਸ ਸਮੇਂ ਦੇ ਉੱਤੇ ਤੇਰੇ ਕੋਲ ਆ ਜਾਵਾਂਗੇ। ਜਦੋਂ ਇਹ ਉਹਦੇ ਕੋਲ ਗਏ, ਟਰਾਈ ਲੈਣ ਦੇ ਬਹਾਨੇ ਅੱਗੇ ਗਏ ਨੇ, ਉਸ ਤੋਂ ਬਾਅਦ ਇੱਕ ਬੰਦਾ ਪਿੱਛੇ ਰਹਿ ਗਿਆ ਅਤੇ ਬਾਕੀ ਦੋ ਜਣੇ ਜਿਹੜੇ ਆ ਉਹਨੂੰ ਇੰਜਰ ਕਰਕੇ ਜਿਹੜੇ ਆ ਉਹਦੀ ਗੱਡੀ ਉੱਥੋਂ ਖੋ ਕੇ ਲੈ ਗਏ ਨੇ। ਹੁਣ ਇਸਦਾ ਜਿਹੜਾ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਏਗਾ। ਬਾਕੀ ਹੋਰ ਜਿਹੜੀ ਦੋਸ਼ੀ ਦੋਸ਼ ਰਹਿੰਦੇ ਨੇ ਉਹਨਾਂ ਨੂੰ ਗ੍ਰਿਫ਼ਤਾਰੀ ਕਰਨ ਲਈ ਉਪਰਾਲੇ ਕੀਤੇ ਜਾਣਗੇ। ਅਜੇ ਤੱਕ ਉਹ ਜਿਹੜੀ ਬਾਕੀ ਜਿਹੜੀਆਂ ਖੋਹੀਆਂ ਚੀਜ਼ਾਂ ਨੇ ਉਹ ਦੂਜੇ ਦੋਸ਼ੀਆਂ ਪਾਸ ਨੇ, ਬਾਕੀ ਇਹਦੀ ਪੁੱਛਗਿੱਛ ਅਜੇ ਕਰਨੀ ਹੈ। ਹੋ ਸਕਦਾ ਇਹ ਛੇਤੀ ਇਹਨਾਂ ਨੂੰ ਬਰਾਮਦ ਕਰਾਂਗੇ ਅਤੇ ਇਹਨਾਂ ਦੋਸ਼ੀਆਂ ਨੂੰ ਅਰੈਸਟ ਕਰਾਂਗੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ।